ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸਾਰੇ ਸ਼ੋਰਟ ਹੈਂਡ ਦੇ ਇੰਸਟੀਟਿਊਟ ਜਿਹੜੇ ਹੈਗੇ ਆ, ਪੰਜਾਬ ਦੇ ਕਿਹੜੇ ਕਿਹੜੇ ਏਰੀਆ ਵਿੱਚ ਕਿੱਥੇ ਕਿੱਥੇ ਇੰਸਟੀਟਿਊਟ ਹੈਗੇ ਆ, ਉਹ ਇੰਸਟੀਟਿਊਟ ਕਿਵੇਂ ਪੜ੍ਹਾ ਰਹੇ ਆ, ਉੱਥੋਂ ਟੀਚਰਾਂ ਦਾ ਕੀ ਐਕਸਪੀਰੀਅੰਸ ਆ, ਕਿਹੜੀ ਟੈਕਨੀਕ ਕਰਦੇ ਆ, ਕਰਤਾਰ ਸਿੰਘ ਕਰਦੇ ਆ, ਰਜਿੰਦਰ ਸਿੰਘ ਕਰਦੇ ਆ, ਲੈਂਗੁਏਜ ਡਿਪਾਰਟਮੈਂਟ ਕਰਦੇ ਆ, ਇਹ ਤੁਸੀਂ ਮੈਨੂੰ ਜਾਣਕਾਰੀ ਦੇਣੀ ਆ, ਮੈਂ ਨਹੀਂ ਦੇਣੀ। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਆ ਵੀ ਕੋਈ ਵੀ ਬੰਦਾ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਰਹਿ ਰਿਹਾ ਜੋ ਸ਼ੋਰਟ ਹੈਂਡ ਦਾ ਸੈਂਟਰ ਲੱਭਣਾ ਚਾਹੁੰਦਾ ਆ, ਤਾਂ ਉਹਨੂੰ ਲੱਭਣ ਦੇ ਵਿੱਚ ਪ੍ਰੋਬਲਮ ਨਾ ਆਵੇ। ਤੁਸੀਂ ਜਿਹੜੇ ਵੀ ਸੈਂਟਰ ਵਿੱਚ ਪੜ੍ਹਦੇ ਪਏ ਹੋ, ਤੁਸੀਂ ਉਸ ਸੈਂਟਰ ਬਾਰੇ ਉੱਥੋਂ ਦੇ ਮੋਬਾਈਲ ਨੰਬਰ, ਉੱਥੋਂ ਦਾ ਐਡਰੈਸ, ਉੱਥੋਂ ਦਾ ਆਪਦਾ ਰਿਵਿਊ, ਉੱਥੇ ਤੁਸੀਂ ਪੜ੍ਹੇ ਹੋ, ਉੱਥੋਂ ਦਾ ਐਕਸਪੀਰੀਅੰਸ, ਉੱਥੇ ਟੀਚਰ ਕਿਵੇਂ ਪੜ੍ਹਾ ਰਹੇ ਆ, ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਨੇ ਆ ਵੀ ਜੇ ਕੋਈ ਬੰਦਾ ਕੱਲ੍ਹ ਨੂੰ ਹੋਰ ਸੈਂਟਰ ਲੱਭਣਾ ਚਾਹੁੰਦਾ ਕਿਸੇ ਵੀ ਡਿਸਟ੍ਰਿਕਟ ਦੇ ਵਿੱਚੋਂ, ਜੇ ਉਹਨੂੰ ਨੰਬਰ ਚਾਹੀਦਾ ਤਾਂ ਆਪਣੀ ਇਸ ਵੀਡੀਓ ਦੇ ਥੱਲੋਂ ਚੋਂ ਜਿਹੜੇ ਕਮੈਂਟ ਦੇ ਵਿੱਚੋਂ ਉਹ ਨੰਬਰ ਅਤੇ ਐਡਰੈਸ ਲੈ ਸਕੇ। ਤੁਸੀਂ ਜਿੱਥੇ ਵੀ ਇਸ ਟਾਈਮ ਇਸ ਵੀਡੀਓ ਨੂੰ ਸੁਣ ਰਹੇ ਪਏ ਹੋ, ਜਿਹੜੇ ਸੈਂਟਰ ਵਿੱਚ ਪੜ੍ਹਦੇ ਹੋ, ਜਿਨ੍ਹਾਂ ਸੈਂਟਰਾਂ ਬਾਰੇ ਤੁਸੀਂ ਜਾਣਦੇ ਹੋ, ਉਹਨਾਂ ਦੇ ਜੇ ਤੁਹਾਡੇ ਕੋਲ ਐਡਰੈਸ ਹੈਗੇ ਜਾਂ ਮੋਬਾਈਲ ਨੰਬਰ ਹੈਗੇ ਆ, ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਨੇ ਆ, ਜਿਹਦੇ ਨਾਲ ਹੋਰਾਂ ਦੀ ਵੀ ਹੈਲਪ ਹੋ ਸਕੇ। ਕਿਉਂਕਿ ਸਟੂਡੈਂਟ ਬਹੁਤ ਮੈਨੂੰ ਕਾਲ ਕਰਕੇ ਪੁੱਛਦੇ ਵੀ ਸਾਡੇ ਏਰੀਆ ਵਿੱਚ ਦੱਸੋ ਜੀ ਕਿੱਥੇ ਕੋਈ ਸੈਂਟਰ ਹੈਗਾ, ਅਤੇ ਇਸ ਕਰਕੇ ਆਪਾਂ ਇਸ ਵੀਡੀਓ ਨੂੰ ਬਣਾਵਾਂਗੇ ਅਤੇ ਇਹ ਚੱਲਦੀ ਰਹੂਗੀ। ਅਤੇ ਜਿੰਨੇ ਵੀ ਹੋਰ ਕੋਈ ਇਸ ਤੋਂ ਅੱਗੇ ਵੀ ਸ਼ੋਰਟ ਹੈਂਡ ਸਿੱਖਣ ਵਾਲੇ ਸਟੂਡੈਂਟ ਹੋਣਗੇ, ਇਸ ਵੀਡੀਓ ਥੱਲੋਂ ਕਮੈਂਟ ਵਿੱਚੋਂ ਨੰਬਰ ਲੈ ਕੇ, ਐਡਰੈਸ ਲੈ ਕੇ ਉਸ ਥਾਂ ਪਹੁੰਚ ਸਕਦੇ ਆ। ਤੁਹਾਡਾ ਸੈਂਟਰ ਚੰਗਾ ਹੈਗਾ ਮਾੜਾ ਹੈਗਾ, ਤੁਸੀਂ ਉਹਦੇ ਬਾਰੇ ਕਮੈਂਟ ਕਰਨੇ ਆ, ਸਹੀ ਗਾਈਡ ਕਰਨਾ। ਉਹ 'ਚ ਕੋਈ ਫੇਕ ਜਾਣਕਾਰੀ ਨਹੀਂ ਦੇਣੀ ਹੈਗੀ ਵੀ ਸਟੂਡੈਂਟ ਤੁਹਾਡਾ ਕਮੈਂਟ ਪੜ੍ਹ ਕੇ ਜਾਂ ਤੁਹਾਡੀ ਜਿਹੜੀ ਗਾਈਡੈਂਸ ਦੇਣ ਤੋਂ ਬਾਅਦ ਉਹ ਸੈਂਟਰ ਨੂੰ ਜੁਆਇਨ ਕਰ ਜੇ ਅਤੇ ਉਹ ਸੈਂਟਰ ਉਹਦੇ ਲਈ ਗਲਤ ਨਿਕਲੇ। ਜਿਵੇਂ ਤੁਸੀਂ ਸੱਚੀ ਜਿਹੜੀ ਜਾਣਕਾਰੀ ਤੁਸੀਂ ਆਪਦੀ ਇਸ ਵੀਡੀਓ ਥੱਲੇ ਕਮੈਂਟ ਕਰਨੀ ਆ, ਬਸ ਇਹੀ ਕੰਮ ਤੁਸੀਂ ਕਰਨਾ ਹੈਗਾ। ਅਤੇ ਸਾਰਿਆਂ ਨੇ ਮੇਰੇ ਬਾਰੇ ਨਹੀਂ ਕਮੈਂਟ ਕਰਨਾ, ਤੁਸੀਂ ਆਪਦੇ ਆਪ ਜਿੱਥੇ ਤੇ ਸੈਂਟਰ ਵਿੱਚ ਹੈਗੇ ਹੋ ਤੁਸੀਂ ਉਹਦੇ ਬਾਰੇ ਕਮੈਂਟ ਕਰਨਾ ਹੈਗਾ। ਮੈਂ ਤਾਂ ਪੂਰੇ ਪੰਜਾਬ ਦਾ ਸਾਂਝਾ ਹੀ ਹੈਗਾ। ਠੀਕ ਹੈ ਜੀ, ਥੈਂਕ ਯੂ ਜੀ।